ਹੈਲੋ ਐਵਰੀਵਨ, ਮੈਂ ਮੋਲ ਅਰੋੜਾ, ਟੈਟ ਬਜ਼ਰ ਅਕੈਡਮੀ ਬਠਿੰਡਾ ਅਬੋਹਰ ਪੰਜਾਬ ਦੇ ਇਸ ਆਨਲਾਈਨ ਪਲੇਟਫਾਰਮ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦਾਂਗਾ ਇਸ ਪੀਐਸ ਸੈਟ ਦੇ ਲਈ ਜਿਹੜਾ ਹੈਗਾ ਲਗਾਤਾਰ ਕੁਐਰੀਜ਼ ਪ੍ਰਾਪਤ ਕਰਨ ਤੋਂ ਬਾਅਦ ਤਾਂ 2024 ਦੇ ਲਈ, ਕਿਉਂਕਿ 2024 ਦਾ ਨਾਮ ਇਹਨੂੰ ਮੈਂ ਤਾਂ ਦੇ ਰਿਹਾ ਜੋ ਲੇਟੈਸਟ ਹੋਇਆ ਉਹਨੂੰ 2023 ਦਾ ਨਾਮ ਬੋਰਡ ਵੱਲੋਂ ਦਿੱਤਾ ਗਿਆ। ਸੋ ਇਹ ਵੀ ਕਹਿ ਸਕਦੇ ਹੋ 2023-24 ਦਾ ਇੰਟਰਮਿਕਸ ਕਰਕੇ ਵਾਲਾ ਜਿਹੜਾ ਪੀਐਸ ਸੈਟ ਹੈ ਜੋ ਕਿ ਨੋਰਮਲੀ ਦੇਖਣ ਨੂੰ ਮਿਲਦਾ ਹੈ, ਜ਼ਿਆਦਾਤਰ ਇਹੀ ਦੇਖਣ ਨੂੰ ਮਿਲਿਆ ਕਿ ਦਸੰਬਰ ਮਹੀਨੇ ਤੱਕ ਇਸਦਾ ਪ੍ਰੋਸੈਸ ਲਗਭਗ ਜਿਹਾ ਹੁੰਦਾ ਹੋਇਆ ਸਾਨੂੰ ਮਿਲਦਾ ਹੈ, ਇਸਦਾ ਕੰਮ ਜ਼ੋਰਾਂ ਸ਼ੋਰਾਂ ਤੇ ਹੁੰਦਾ ਹੈ। ਤਾਂ ਉਹ ਸਭ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਟੂਡੈਂਟਸ ਦੀ ਡਿਮਾਂਡ ਨੂੰ ਧਿਆਨ ਵਿੱਚ ਰੱਖਦੇ ਹੋਏ, ਤੇ ਗਾਇਜ਼ ਇੱਕ ਚੀਜ਼ ਤੁਹਾਨੂੰ ਭੁੱਲੀ ਤਾਂ ਨਹੀਂ ਹੋਊਗੀ ਕਿ ਕੱਲ੍ਹ ਦੀ ਤਾਰੀਖ ਸੈਟਰਡੇ ਜਿਹੜਾ ਹੈਗਾ 1 ਜੁਲਾਈ ਨੂੰ ਤੁਹਾਡੇ ਨਾਲ ਇੱਕ ਇਹੋ ਜਿਹਾ ਰਿਕਾਰਡ ਸ਼ੇਅਰ ਕੀਤਾ ਗਿਆ ਪੀਐਸ ਸੈਟ 2023 ਦਾ, ਜਿੱਥੇ 452 ਬੱਚੇ ਕਨਫਰਮਡ ਹੈ, 500 ਉਸ ਤੋਂ ਬਾਅਦ ਵੀ ਕਈ ਸਾਰੇ ਬੱਚਿਆਂ ਦਾ ਜਿਹੜਾ ਰਿਜ਼ਲਟ ਸਾਡੇ ਕੋਲ ਆਇਆ, ਰਿਸੀਵ ਹੋਇਆ। ਉਹਨਾਂ ਨੇ ਕਿਹਾ ਸਰ ਕਿ ਸਾਡਾ ਰਿਕਾਰਡ ਇਹਦੇ 'ਚ ਐਡ ਨਹੀਂ ਹੋ ਪਾਇਆ। ਮੈਂ ਪਹਿਲਾਂ ਹੀ ਦੱਸਿਆ ਸੀ 500 ਤੋਂ ਜ਼ਿਆਦਾ ਸਟੂਡੈਂਟ ਜਿਹੜੇ ਗਏ ਲਾਸਟ ਟਾਈਮ ਪੀਐਸ ਸੈਟ ਕਲੀਅਰ ਕਰ ਰਹੇ ਹੈ, ਰਾਈਟ। ਉਸ ਤੋਂ ਪਿਛਲੀ ਵਾਰ ਇਹ ਰਿਕਾਰਡ ਸਾਡਾ 150 ਪਲੱਸ ਦਾ ਸੀਗਾ, ਰਾਈਟ। ਤਾਂ ਵਿਦ ਪ੍ਰੂਫ ਦਿੱਤਾ ਹੈ, ਪ੍ਰੋਪਰ ਤੁਹਾਡੇ ਸਾਹਮਣੇ ਹਰ ਇੱਕ ਚੀਜ਼ ਖੋਲ ਕੇ ਰੱਖੀ ਹੈ। 96 ਤੋਂ ਜ਼ਿਆਦਾ ਸਟੂਡੈਂਟਸ ਨੇ ਸਾਡੇ ਕੋਲੋਂ ਇਸ ਵਾਰੀ 100 ਪਲੱਸ ਮਾਰਕਸ ਪ੍ਰਾਪਤ ਕੀਤੇ ਹੈ। ਸੋ ਗਾਇਜ਼, ਹਾਲਾਂਕਿ ਐਲੀਜੀਬਿਲਿਟੀ ਟੈਸਟ ਹੈ, ਸੋ ਇਸ ਵਾਰ ਤੁਹਾਡੇ ਲਈ ਵੀ ਜਸਟ ਜਿਹੜਾ ਹੈਗਾ ਇੱਕ ਮੌਕਾ ਹੈ। ਅਗਰ ਤੁਸੀਂ ਸੀਰੀਅਸ ਕੈਂਡੀਡੇਟ ਹੋ ਤਾਂ ਗਾਇਜ਼ ਜੁਟ ਜਾਓ ਆਪਣੀ ਪ੍ਰੋਪਰ ਸਟ੍ਰੈਟਜੀ ਦੇ ਨਾਲ, ਮਿਹਨਤ ਕਰਨੀ ਹੈ ਸਭ ਨੇ ਮਿਲ ਕੇ। ਟੀਮ ਤੁਹਾਡੇ ਲਈ ਤਿਆਰ ਹੈ, ਉਹੀ ਟੀਮ ਤਿਆਰ ਹੈ ਜਿਸਨੇ ਕਿ 500 ਤੋਂ ਜ਼ਿਆਦਾ ਕੈਂਡੀਡੇਟਸ ਨੂੰ ਜਿਹੜਾ ਹੈਗਾ ਪੇਪਰ ਕੁਆਲੀਫਾਈ ਕਰਵਾਇਆ, ਰਾਈਟ। ਤਾਂ 5 ਜੁਲਾਈ 2023 ਵੈਡਨਸਡੇ ਤਾਰੀਖ ਨਾ ਭੁੱਲਣਾ, 5 ਜੁਲਾਈ ਦਿਨ ਹੈ ਬੁੱਧਵਾਰ। ਪੂਰੀ ਸਟ੍ਰੈਟਜੀ ਬਣ ਚੁੱਕੀ ਹੈ, ਇੱਕ ਪਰਫੈਕਟ ਤਰੀਕੇ ਦੇ ਨਾਲ ਬੈਚ ਮੂਵ ਆਨ ਕਰਨ ਜਾ ਰਿਹਾ ਹੈ, ਰਾਈਟ। ਤਾਂ ਬਸ ਇੰਜਨ ਤਿਆਰ ਹੈ, ਟ੍ਰੇਨ ਤੁਰਨ ਜਾ ਰਹੀ ਹੈ। 3 ਦਿਨ ਦੇ ਡੈਮੋਸ ਟੋਟਲੀ ਫ੍ਰੀ ਆਫ ਕੋਸਟ ਹੈ। ਜਿਹੜੇ ਸਟੂਡੈਂਟਸ ਪਿਛਲੀ ਵਾਰ ਪੀਐਸ ਸੈਟ ਨਹੀਂ ਕਲੀਅਰ ਕਰ ਪਾਈ ਜਾਂ ਫਰੈਸ਼ਰਸ ਹੈਗੇ ਆ, ਫਸਟ ਟਾਈਮ ਲਈ ਪੀਐਸ ਸੈਟ ਦੇਣ ਜਾ ਰਹੇ ਹੈ, ਤਾਂ ਤੁਹਾਨੂੰ ਇੱਕ ਪ੍ਰੋਪਰ ਡਾਇਰੈਕਸ਼ਨ ਦੀ ਜ਼ਰੂਰਤ ਹੈ, ਜਾਂ ਇੱਕ ਪ੍ਰੋਪਰ ਸਟ੍ਰੈਟਜੀ ਚਾਹੀਦੀ ਹੈ, ਇੱਕ ਪ੍ਰੋਪਰ ਪੈਟਰਨ ਚਾਹੀਦਾ ਹੈ ਜਿਸ ਤੇ ਤੁਸੀਂ ਉਸ ਗਰਾਊਂਡ ਤੇ ਦੌੜ ਕੇ ਜਿਹੜਾ ਹੈਗਾ ਤੁਸੀਂ ਅੱਗੇ ਵੱਧ ਸਕਦੇ ਹੋ ਪ੍ਰੋਪਰਲੀ, ਰਾਈਟ। ਤਾਂ ਉਸਦੇ ਲਈ ਟੈਟ ਬਜ਼ਰ ਅਕੈਡਮੀ ਪ੍ਰੋਪਰ ਰਿਕਾਰਡਸ ਇਹਨਾਂ ਤੁਹਾਡੇ ਲਈ ਅੱਗੇ ਵੱਧ ਰਹੀ ਹੈ। ਫ੍ਰੀ ਡੈਮੋਜ਼ ਮੈਂ ਫਿਰ ਤੋਂ ਯਾਦ ਦਿਲਾ ਰਿਹਾ, ਵੈਡਨਸਡੇ, ਥਰਸਡੇ ਐਂਡ ਫਰਾਈਡੇ, 5 ਜੁਲਾਈ 6 ਜੁਲਾਈ 7 ਜੁਲਾਈ, 5 ਤੋਂ 7 ਜੁਲਾਈ ਤੱਕ 3 ਦਿਨ ਤੱਕ ਡੈਮੋਸ ਟੋਟਲੀ ਫ੍ਰੀ ਆਫ ਕੋਸਟ ਹੋਣਗੇ। ਜੋ ਟਾਈਮ ਟੇਬਲ ਹੋਏਗਾ ਉਹ 4 ਜੁਲਾਈ ਨੂੰ, ਭਾਵ ਮੰਗਲਵਾਰ ਦੇ ਦਿਨ, ਆਪਣੇ ਟੈਲੀਗ੍ਰਾਮ ਚੈਨਲ ਤੇ, ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ, ਆਪਣੇ ਵਟਸਐਪ ਗਰੁੱਪਸ ਦੇ ਵਿੱਚ, ਫ੍ਰੀ ਵਟਸਐਪ ਗਰੁੱਪਸ ਦੇ ਵਿੱਚ ਸ਼ੇਅਰ ਕੀਤਾ ਜਾਏਗਾ ਜਿਸ ਦੇ ਲਈ ਤੁਸੀਂ ਕਿਵੇਂ ਕੰਟੈਕਟ ਵਿੱਚ ਰਹਿ ਸਕਦੇ ਹੋ। ਇਹ ਸਾਰੀ ਦੀ ਸਾਰੀ ਟੀਮ ਹੈ, ਇਹ ਉਹੀ ਟੀਮ ਹੈ ਗਾਇਜ਼ ਜਿਨ੍ਹਾਂ ਨੇ ਲੇਟੈਸਟ ਜਿਹੜਾ ਹੋਇਆ, ਜਿਹੜਾ ਪੀਐਸ ਸੈਟ ਹੋਇਆ ਉਹਦੇ ਵਿੱਚ 500 ਤੋਂ ਜ਼ਿਆਦਾ ਕੈਂਡੀਡੇਟਸ ਨੂੰ ਜਿਹੜਾ ਹੈਗਾ ਐਲੀਜੀਬਲ ਕਰਵਾਇਆ ਹੈ, ਰਾਈਟ। ਇਹ ਅੰਕੜਾ 600 ਦਾ ਵੀ ਹੋ ਸਕਦਾ, ਬਟ ਜੋ ਸਾਡੇ ਕੋਲ ਅਥੈਂਟਿਕ ਤਰੀਕੇ ਨਾਲ 100% ਸ਼ੋਰਿਟੀ ਤਰੀਕੇ ਨਾਲ ਹੈ ਉਹ ਤਾਂ ਤੁਹਾਨੂੰ ਦੱਸ ਦਿੱਤਾ ਹੈ। ਪੀਐਸ ਸੈਟ 1 ਦੇ ਲਈ ਜਿਹੜਾ ਇਹ ਬੈਚ ਹੈ, ਚਾਹੇ ਪੀਐਸ ਸੈਟ 2 ਲਈ ਬੈਚ ਹੈ, ਉਸਦੇ ਲਈ 1 ਈਅਰ ਦੀ ਮਿਨੀਮਮ ਵੈਲਿਡਿਟੀ ਹੈ। ਉਸ ਤੋਂ ਇਲਾਵਾ ਗਾਇਸ ਮੈਂ ਤੁਹਾਨੂੰ ਇਹ ਵੀ ਦੱਸ ਦੇ ਰਿਹਾ, ਜ਼ਰਾ ਉਹ ਗੱਲ ਕੁਛ ਏਦਾਂ ਹੈ, ਪੀਐਸ ਸੈਟ 1 ETT ਕੈਂਡੀਡੇਟ, ਪੀਐਸ ਸੈਟ 2 SST, ਚਾਹੇ ਪੀਐਸ ਸੈਟ 2 ਮੈਥ ਸਾਇੰਸ ਵਾਲੇ, ਈਵਨ ਆਰਟ ਐਂਡ ਕ੍ਰਾਫਟ ਵਾਲਿਆਂ ਲਈ ਵੀ ਜਿਹੜਾ ਹੈਗਾ ਬੈਚ ਸ਼ੁਰੂ ਕੀਤਾ ਜਾ ਰਿਹਾ ਗਾਇਸ। ਇਸ ਤੋਂ ਇਲਾਵਾ ਗਾਇਸ ਜਿਹੜੀ ਚੀਜ਼ ਦੇ ਲਈ ਮੈਂ ਤੁਹਾਨੂੰ ਐਡਵਾਂਸ ਵਿੱਚ ਇਨਫੋਰਮ ਕਰ ਰਿਹਾ ਉਹ ਚੀਜ਼ ਇਹੀ ਹੈ ਕਿ ਅਗਰ ਇਸ ਸਾਈਡ ਤੋਂ
ਜਿਹੜੀ ਗੱਲ ਤੁਸੀਂ ਧਿਆਨ ਵਿੱਚ ਰੱਖ ਕੇ ਚੱਲਦੇ ਹੋ। ਦੇਖੋ ਗਾਇਸ, ਇਹ 1 ਈਅਰ ਦੀ ਮਿਨੀਮਮ ਵੈਲਿਡਿਟੀ ਦੇ ਨਾਲ ਹੈ ਹੀ ਹੈ। ਬਾਏ ਚਾਂਸ ਕੋਈ 1% ਵੀ ਚਾਂਸ ਐਵੇਂ ਦਾ ਰਹਿੰਦਾ ਹੈ ਕਿ ਜੀ ਪੇਪਰ ਇਸ ਦੇ ਡਿਊਰਿੰਗ ਨਹੀਂ ਹੁੰਦਾ, ਤੁਹਾਡਾ ਇਹ ਜੋ ਅਪਕਮਿੰਗ ਪੇਪਰ ਹੋਏਗਾ ਪੀਐਸ ਸੈਟ ਦਾ ਉਹ ਇਸ ਸਮੇਂ ਦੇ ਦੌਰਾਨ ਨਹੀਂ ਹੁੰਦਾ। ਤਾਂ ਗਾਇਸ, ਉਹ ਜਿਸ ਸਮੇਂ ਤੱਕ ਵੀ ਨਹੀਂ ਹੋਏਗਾ ਉਸ ਡੇਟ ਤੱਕ ਤੁਹਾਡੇ ਲਈ ਇਹ ਬੈਚ ਜਿਹੜਾ ਹੈਗਾ ਉਹ ਵੈਲਿਡ ਰਹੂਗਾ, ਰਾਈਟ, ਉਹ ਤੁਹਾਡੇ ਲਈ ਅਵੇਲੇਬਲ ਰਹੂਗਾ ਹੀ ਰਹੂਗਾ। ਤਾਂ ਇਸ ਨੂੰ ਵੀ ਜ਼ਰਾ ਤੁਸੀਂ ਧਿਆਨ ਵਿੱਚ ਰੱਖ ਲੈਣਾ। ਓਕੇ, ਬਾਕੀ ਗਾਇਸ ਮੈਂ ਜਿਹੜੀ ਚੀਜ਼ ਦੱਸ ਰਿਹਾ ਸੀ ਤੁਹਾਨੂੰ, ਆਪਣੇ ਜਿਹੜੇ ਫ੍ਰੀ ਵਟਸਐਪ ਗਰੁੱਪਸ ਹੈ ਉਹਨਾਂ ਦੇ ਲਈ ਜਿਹੜਾ ਹੈਗਾ ਤੁਸੀਂ ਕਿਵੇਂ ਹਿੱਸਾ ਬਣ ਸਕਦੇ ਹੋ, ਉਹਦੇ ਲਈ ਪ੍ਰੋਪਰ ਤੁਹਾਨੂੰ ਇੱਕ ਸਟ੍ਰੈਟਜੀ ਅਪਣਾਉਣੀ ਹੈ ਜੋ ਕਿ ਤੁਹਾਡੇ ਲਈ ਦੱਸ ਦਿੱਤੀ ਗਈ ਹੈ। ਆਪਣਾ ਨਾਮ ਮੈਂਸ਼ਨ ਕਰੋ, ਪੇਪਰ ਜਿਸ ਦੇ ਲਈ ਤੁਸੀਂ ਤਿਆਰੀ ਕਰਨ ਜਾ ਰਹੇ ਹੋ PSET 1 ਜਾਂ PSET 2, ਤਾਂ ਉਸਦੇ ਲਈ ਤੁਹਾਡੇ ਲਈ ਇਸ ਤਰ੍ਹਾਂ ਇਸ ਪੈਟਰਨ ਤੇ ਮੈਸੇਜ ਕਰਨਾ ਹੈ। ਸ਼ਹਿਰ ਜਿੱਥੋਂ ਬਿਲੋਂਗ ਕਰਦੇ ਹੋ, ਮੇਲ ਹੋ ਜਾਂ ਫੀਮੇਲ ਹੋ, ਸਾਰੀ ਜਾਣਕਾਰੀ ਨੂੰ ਸਿਰਫ ਦਿੱਤੇ ਗਏ ਨੰਬਰ ਤੇ ਵਟਸਐਪ ਕਰਨਾ ਹੈ। ਜਿੰਨਾ ਜਲਦੀ ਹੋਏਗਾ ਤੁਹਾਨੂੰ ਇਹਨਾਂ ਫ੍ਰੀ ਵਟਸਐਪ ਗਰੁੱਪਸ ਦਾ ਹਿੱਸਾ ਜਿਹੜਾ ਹੈਗਾ ਉਹ ਜ਼ਰੂਰ ਤੋਂ ਬਣਾ ਦਿੱਤਾ ਜਾਏਗਾ। ਐਂਡ ਅੱਗੇ ਦੀ ਅਪਡੇਟਸ ਜਿਹੜੀਆਂ ਹੈਗੀਆਂ ਤੁਸੀਂ ਉਹ ਪ੍ਰੋਪਰ ਜਿਹੜੀਆਂ ਹੈਗੀਆਂ ਸਮੇਂ ਤੇ ਪ੍ਰੋਪਰਲੀ ਪਾ ਸਕੋਗੇ। ਗਾਇਸ, ਤੁਸੀਂ ਬੈਚ ਜੁਆਇਨ ਕਰਨ ਜਾ ਰਹੇ ਹੋ, ਕੁਛ ਗੱਲਾਂ ਵੀ ਬੜੀ ਇੰਪੋਰਟੈਂਟ ਹੈ, ਉਹਨਾਂ ਨੂੰ ਲਈ ਮੈਂ ਤੁਹਾਨੂੰ ਪਹਿਲਾਂ ਅਵੇਅਰ ਕਰ ਦੇਣਾ। ਅਗਰ ਤੁਸੀਂ ਇਹ ਸੋਚਦੇ ਹੋ ਕਿ ਬੈਚ ਜੁਆਇਨ ਕਰਕੇ ਸਿਰਫ ਲੈਕਚਰ ਲਗਾਉਣਾ ਕਾਫੀ ਹੈ ਤਾਂ ਇੱਕ ਗਲਤ ਫੈਮਿਲੀ ਹੋਏਗੀ, ਤਾਂ ਇਸ ਤੇ ਜ਼ਰਾ ਇਸ ਗਲਤ ਫੈਮਿਲੀ ਨੂੰ ਦੂਰ ਕਰਦੇ ਹੋਏ ਹੀ ਇਸ ਬੈਚ ਨੂੰ ਜੁਆਇਨ ਕਰਨ ਆਉਣਾ, ਕਿਉਂਕਿ ਪਿਛਲੇ ਕੈਂਡੀਡੇਟਸ ਇਸ ਚੀਜ਼ ਦੇ ਲਈ ਤੁਹਾਨੂੰ ਗਵਾਹੀ ਦੇ ਸਕਦੇ ਹੈ ਕਿ ਰਿਵੀਜ਼ਨ ਬਹੁਤ ਜ਼ਰੂਰੀ ਹੈ ਐਂਡ ਰੱਟਾਫਿਕੇਸ਼ਨ ਨਹੀਂ ਬਲਕਿ ਜਸਟ ਸਮਝਣਾ, ਅੰਡਰਸਟੈਂਡਿੰਗ ਲੈਵਲ ਤੋਂ ਲੈ ਕੇ ਐਪਲੀਕੇਸ਼ਨ ਲੈਵਲ ਤੱਕ ਲੈ ਕੇ ਜਾਣਾ ਹੀ ਪੇਪਰ ਤੁਹਾਡਾ ਕਲੀਅਰ ਕਰਵਾਏਗਾ। 2 GB ਮਿਨੀਮਮ ਡਾਟਾ ਤੁਹਾਨੂੰ ਆਪਣੇ ਸਾਰੇ ਦੇ ਸਾਰੇ ਲੈਕਚਰਸ ਲਗਾਉਣ ਲਈ ਚਾਹੀਦਾ ਹੋਏਗਾ। ਤਕਰੀਬਨ 4 ਤੋਂ 4.5 ਘੰਟੇ ਦੀ ਡੇਲੀ ਕਲਾਸਿਸ ਹੋਇਆ ਕਰਨਗੀਆਂ ਐਂਡ ਹਾਂ, ਸੰਡੇ ਉਦੋਂ ਤੱਕ ਆਫ ਰਹਿੰਦਾ ਹੈ, ਸੈਟਰਡੇ ਵੀ ਕਾਫੀ ਵਾਰ ਆਫ ਰਹਿੰਦਾ ਹੈ ਜਦੋਂ ਤੱਕ ਪੇਪਰ ਆ ਨਹੀਂ ਜਾਂਦਾ। ਉਸ ਤੋਂ ਬਾਅਦ ਉਹਨਾਂ ਡੇਜ਼ ਵਿੱਚ ਵੀ ਵੀਕਐਂਡ ਤੇ ਵੀ ਕਲਾਸਿਸ ਵੱਡਦੀ ਹੁੰਦੀਆਂ ਹੈ, ਸਪੈਸ਼ਲ ਕਲਾਸਿਸ ਰਹਿੰਦੀਆਂ ਹੈ ਮਿਨੀਮਮ, ਕਿਉਂਕਿ ਉਹ ਦਿਨ ਤਾਂ ਰੱਖੇ ਜਾਂਦੇ ਆ ਤੁਸੀਂ ਉਹਨੂੰ ਰਿਵੀਜ਼ਨ ਲਈ ਯੂਜ਼ ਕਰ ਸਕੋ। ਬਾਕੀ 5 ਡੇਜ਼ ਤੁਹਾਡੇ ਲਈ ਲੈਕਚਰਸ ਹੁੰਦੇ ਆ ਐਂਡ ਇਹ ਸਟ੍ਰੈਟਜੀ ਵੀ ਆਪਣੀ ਅਕੈਡਮੀ ਵੱਲੋਂ ਹੀ ਅਪਣਾਈ ਜਾ ਰਹੀ ਹੈ ਐਂਡ ਮਿਨੀਮਮ 250 ਘੰਟੇ ਤੁਹਾਨੂੰ ਨਿਕਾਲਨੇ ਹੈ ਪੂਰੀ ਤਿਆਰੀ ਦੇ ਲਈ। ਪੂਰੇ ਮਤਲਬ ਇਹ ਕੋਈ 1 ਮਹੀਨੇ ਵਿੱਚ ਨਹੀਂ ਕਹਿ ਰਿਹਾ, ਆਪਣਾ ਬੈਚ ਅਗਰ ਆਰਾਮ ਨਾਲ ਵੀ ਲੈ ਕੇ ਚੱਲੀਏ ਤਾਂ 2.5 ਤੋਂ 3 ਮਹੀਨਿਆਂ ਵਿੱਚ ਬੜੇ ਆਰਾਮ ਨਾਲ ਕੰਪਲੀਟ ਹੁੰਦਾ ਹੈ, ਰਾਈਟ। ਤਾਂ PSET 1 ਲਈ ਤਾਂ ਆਪਾਂ 2 ਮੰਥ ਵਿੱਚ ਵੀ ਕਰ ਸਕਦੇ ਹਾਂ, ਜ਼ਰੂਰਤ ਪੈਣ ਤੇ ਇਸ ਨੂੰ ਜਲਦੀ ਵੀ ਕਰ ਸਕਦੇ ਹਾਂ, ਐਕਸਟਰਾ ਟਾਈਮ ਲਗਾ ਕੇ, ਉਹ ਸਾਡੀ ਰਿਸਪੋਂਸੀਬਿਲਿਟੀ ਹੋਏਗੀ ਐਂਡ ਤੁਹਾਨੂੰ ਆਪਣੇ ਸ਼ੋਰਟ ਨੋਟਸ ਦੇ ਨਾਲ ਜ਼ਰੂਰ ਤੋਂ ਮੂਵ ਕਰਨਾ ਹੈ। ਡਿਟੇਲ ਨੋਟਸ ਤੁਹਾਨੂੰ ਚਾਹੇ ਜਿੰਨੇ ਮਰਜ਼ੀ ਵਧੀਆ ਐਪ ਤੇ ਮਿਲ ਜਾਣ ਬਟ ਸ਼ੋਰਟ ਨੋਟਸ ਤੁਹਾਨੂੰ ਖੁਦ ਦੇ ਬਣਾਉਣੇ ਹੋਣਗੇ। ਵੈਸੇ ਸਾਰਾ ਮਟੀਰੀਅਲ ਬਾਈਲਿੰਗੁਅਲ ਫਾਰਮ ਦੇ ਵਿੱਚ ਤੁਹਾਨੂੰ ਐਪ ਤੇ ਮਿਲੇਗਾ ਹੀ ਮਿਲੇਗਾ, ਇੰਗਲਿਸ਼ ਐਂਡ ਪੰਜਾਬੀ ਫਾਰਮੈਟ ਵਿੱਚ, ਰਾਈਟ ਗਾਇਸ। ਤਾਂ ਇਹ ਸਾਰੀ ਦੀ ਸਾਰੀ ਜਿਹੜੀ ਗੱਲਬਾਤ ਸੀਗੀ ਤੁਹਾਡੇ ਲਈ ਤੁਹਾਨੂੰ ਪਤਾ ਹੋਣੀ ਜ਼ਰੂਰੀ ਸੀਗੀ। ਬਾਕੀ ਗਾਇਸ, ਅੱਜ ਅਕੈਡਮੀ ਨੂੰ ਤਕਰੀਬਨ 4 ਸਾਲ ਦੇ ਲਗਭਗ ਦਾ ਸਮਾਂ ਹੋਣ ਵਾਲਾ ਹੈ, 3.5 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ, ਉਹ ਸਾਰਾ ਐਕਸਪੀਰੀਅੰਸ ਦੇਖ ਸਕਦੇ ਹੋ। ਅੱਜ ਤੱਕ 700 ਤੋਂ ਵੀ ਕੁਛ ਜ਼ਿਆਦਾ ਕੈਂਡੀਡੇਟਸ ਇੱਥੋਂ ਜਿਹੜਾ ਹੈਗਾ PSET ਕਲੀਅਰ ਕਰ ਚੁੱਕੇ ਹੈ ਤੇ ਸਿਰਫ ਹਾਲੇ ਅਸੀਂ 2 ਵਾਰ ਪ੍ਰੈਪਰੇਸ਼ਨ ਕਰਵਾਈ ਹੈ PSET ਦੀ। ਅੱਗੇ ਅਸੀਂ ਕਿੰਨਾ ਵੱਡਾ ਹੋਰ ਰਿਕਾਰਡ ਦੇ ਸਕਦੇ ਹਾਂ, ਅੱਗੇ ਹੋਰ ਇਹਦੇ ਵਿੱਚ ਕਿੰਨਾ ਵੱਡਾ ਅੰਕੜਾ ਅਸੀਂ ਅਚੀਵ ਕਰ ਸਕਦੇ ਹਾਂ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ, ਰਾਈਟ। ਐਂਡ ਕਿਉਂਕਿ ਹਾਰਡਵਰਕ ਅਸੀਂ ਸਿਰਫ ਕਰਾਂਗੇ ਉਹ ਕਾਫੀ ਨਹੀਂ ਹੈ ਬਲਕਿ ਤੁਹਾਨੂੰ ਵੀ ਸਾਡੇ ਨਾਲ ਮਿਲ ਕੇ ਕਰਨਾ ਪਏਗਾ ਐਂਡ ਤਾਂ ਹੀ ਆਪਾਂ ਮਿਲ ਕੇ ਇੱਕ ਹੋਰ ਨਵਾਂ ਵੱਡਾ ਇਸ ਤੋਂ ਵੀ ਵੱਡਾ ਰਿਕਾਰਡ ਬਣਾ ਪਾਵਾਂਗੇ, ਰਾਈਟ। ਤਾਂ ਮਿਲਦੇ ਹਾਂ ਗਾਇਸ, ਜਿਹੜੇ ਵੀ ਸੀਰੀਅਸ ਕੈਂਡੀਡੇਟਸ ਹੈ ਐਂਡ PSET 1 ਵਾਲਿਆਂ ਦੇ ਲਈ ਗਾਇਸ ਜਿਹੜਾ ਚੈਲੰਜਿੰਗ ਟਾਸਕ ਹੈ ਉਹਨਾਂ ਲਈ ਮੈਂ ਫਿਰ ਤੋਂ ਰੈਡੀ ਹਾਂ, ਪੂਰੀ ਪੂਰੀ ਟੀਮ ਰੈਡੀ ਹੈ, ਬਸ ਤੁਹਾਨੂੰ ਇੱਕਜੁੱਟ ਹੋ ਕੇ ਅੱਗੇ ਆਉਣਾ ਪਏਗਾ।
ਪੀਐਸ ਸੈਟ 1 ਵਾਲਿਓ ਮੈਂ ਸਪੈਸ਼ਲੀ ਤੁਹਾਨੂੰ ਨਿਯੋਤਾ ਦੇ ਰਿਹਾ ਕਿ ਜਿਨ੍ਹਾਂ ਨੇ ਪਿਛਲੀ ਵਾਰ ਅੰਡਰਸਟੈਂਡਿੰਗ ਨਹੀਂ ਕੀਤੀ ਨਾ ਉਹਨਾਂ ਨੇ ਝਟਕਾ ਖਾਦਾ ਹੈ ਰਾਈਟ ਤਾਂ ਉਹਨਾਂ ਨੂੰ ਇਸ ਵਾਰ ਦੁਬਾਰਾ ਸੁਣਨ ਦੀ ਲੋੜ ਹੈ ਐਡਵਾਂਸ ਵਿੱਚ ਸੰਭਲ ਜਾਓ ਹਮੇਸ਼ਾ ਕਹਿਣਾ ਐਡਵਾਂਸ ਬੈਚ ਜੁਆਇਨ ਕਰਿਆ ਕਰੋ ਤੁਸੀਂ ਸੀਰੀਅਸ ਹੁੰਦੇ ਹੋ ਪੇਪਰ ਦੇ ਆਉਣ ਤੇ ਉਸ ਟਾਈਮ ਤੇ ਉਹੀ ਕੈਂਡੀਡੇਟ ਜ਼ਿਆਦਾ ਬੈਸਟ ਰਿਜ਼ਲਟ ਦੇ ਪਾਉਂਦਾ ਜਿਸ ਦੀ ਪਹਿਲਾਂ ਕੁਝ ਨਾ ਕੁਝ ਪ੍ਰੈਪਰੇਸ਼ਨ ਹੁੰਦੀ ਹੈ ਜਦੋਂ ਤੁਸੀਂ ਫਰੈਸ਼ਰ ਹੋ ਇਸ ਮਾਮਲੇ ਵਿੱਚ ਤਾਂ ਐਟਲੀਸਟ ਤੁਹਾਨੂੰ ਇੱਕ ਟਾਈਮ ਪ੍ਰੈਪਰੇਸ਼ਨ ਕਰਕੇ ਰੱਖਣੀ ਚਾਹੀਦੀ ਹੈ ਤੇ ਫਿਰ ਤੁਹਾਨੂੰ ਅੱਗੇ ਦੇ ਲਈ ਮੂਵ ਔਨ ਕਰਨਾ ਚਾਹੀਦਾ ਰਿਵੀਜ਼ਨ ਰਿਵੀਜ਼ਨ ਐਂਡ ਰਿਵੀਜ਼ਨ ਦੇ ਨਾਲ ਬਾਕੀ ਪੂਰੀ ਦੀ ਪੂਰੀ ਸਟ੍ਰੈਟਜੀ ਤੁਹਾਡੀ ਰਹੇਗੀ ਮੋਕ ਟੈਸਟ ਰਹਿਣਗੇ ਸੁਪਰ ਫਾਸਟ ਰਿਵੀਜ਼ਨ ਕਲਾਸਿਸ ਰਹਿਣਗੀਆਂ ਜਿਸ ਦੀ ਕੋਈ ਐਕਸਟਰਾ ਫੀਸ ਨਹੀਂ ਹੋਏਗੀ ਰਾਈਟ ਤਾਂ ਮਿਲਦੇ ਹਾਂ ਜ਼ਰਾ ਆਪਣੇ ਅਗਲੇ ਸੈਸ਼ਨ ਦੇ ਨਾਲ ਇਸ ਵਾਰੀ ਜਿਹੜਾ ਹੈਗਾ MCQs ਅਗਰ ਕੋਈ ਸਟੂਡੈਂਟ ਹਾਰਡ ਕਾਪੀ ਫੋਰਮੈਟ ਵਿੱਚ ਐਡੀਸ਼ਨਲ ਚਾਰਜ ਦੇ ਕੇ ਘਰ ਮੰਗਵਾਉਣਾ ਚਾਹੇਗਾ ਤਾਂ ਉਹ ਵੀ ਮੰਗਵਾ ਸਕੇਗਾ ਕੁਐਸਚਨ ਬੈਂਕ ਘਰ ਭੇਜੇ ਜਾਣਗੇ ਇਸ ਵਾਰ ਪਿਛਲੀ ਵਾਰ ਅਸੀਂ ਸਿਰਫ ETT ਕੈਡਰ ਦੇ ਭੇਜੇ ਸੀ ਇਸ ਵਾਰ ਕੁਝ ਸਮੇਂ ਬਾਅਦ PS ਸੈਟ ਦੇ ਵੀ ਕੁਐਸਚਨ ਬੈਂਕ ਸ਼ੁਰੂ ਕੀਤੇ ਜਾਣਗੇ ਜਿਸ ਦੇ ਲਈ ਐਡਵਾਂਸ ਵਿੱਚ ਸਮਾਂ ਤੇ ਤਾਰੀਖ ਦੱਸਦੇ ਹੋਏ ਤੁਹਾਡੇ ਕੋਲ ਐਡਰੈਸ ਪੁੱਛਦੇ ਹੋਏ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਜਾਏਗੀ ਬਾਕੀ ਕਿਸੇ ਵੀ ਤਰ੍ਹਾਂ ਦੀ ਕੁਐਰੀ ਲਈ ਹੈਲਪਲਾਈਨ ਨੰਬਰ ਤੁਹਾਡੇ ਸਾਹਮਣੇ ਹੈ ਬੈਚਸ ਨੂੰ ਤੁਸੀਂ ਐਡਵਾਂਸ ਵਿੱਚ ਜੁਆਇਨ ਕਰ ਸਕਦੇ ਹੋ ਸਮਾਂ ਵੇਸਟ ਨਾ ਕਰੋ ਕਿਉਂਕਿ ਰਿਕਾਰਡਡ ਕਲਾਸਿਸ ਆਪਣੀਆਂ ਫ੍ਰੀ ਹੁੰਦੀਆਂ ਰਿਕਾਰਡਡ ਪ੍ਰੀ ਰਿਕਾਰਡਡ ਕਲਾਸਿਸ ਪਲੱਸ ਲਾਈਵ ਕਲਾਸਿਸ ਤੁਹਾਡੇ ਲਈ ਰਹਿਣਗੀਆਂ ਰਾਈਟ ਤਾਂ ਬੈਚ ਨੂੰ ਜ਼ਰੂਰ ਤੋਂ ਜੁਆਇਨ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੁਐਰੀ ਲਈ ਹੈਲਪਲਾਈਨ ਨੰਬਰ ਤੇ ਹੀ ਕੰਟੈਕਟ ਕਰ ਸਕਦੇ ਹੋ ਮਿਲਦੇ ਹਾਂ ਗਾਇਸ ਅਸੀਂ ਆਪਣੇ ਨੈਕਸਟ ਸੈਸ਼ਨ ਵਿੱਚ ਗੁੱਡ ਬਾਏ ਟੇਕ ਕੇਅਰ